सतगुरु हर हर जप जापे उपदेश गुरु हर हर जप जापे सब किले I'm not afraid.
ਆਪਣੀ ਬਾਣੀ ਦੁਆਰਾ ਪ੍ਰੇਰਨਾ ਕਰਦੇ ਨੇ ਗੁਰਸਿੱਖੀ ਦੇ ਅਸੂਲ ਗੁਰ ਸਤਗੁਰ ਕਾ ਜੋ ਸਿੱਖ ਅਖਾਵੇ ਸੋ ਭਲ ਕੇ ਉਠਰ ਨਾਮ ਦਿਆ ਹੈ। ਕਹਿੰਦੇ ਨੇ ਗੁਰਸਿੱਖ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਪੂਰਾ ਕਰੇ ਪੰਜ ਬਾਣੀਆਂ ਦਾ ਪਾਠ ਕਰੇ। ਜੇ ਪੰਜ ਬਾਣੀਆਂ ਦਾ ਪਾਠ ਨਹੀਂ ਆਉਂਦਾ ਤੇ ਕੋਈ ਵੀ ਬਾਣੀ ਪੜ੍ਹ ਲਵੇ। ਜੇ ਪਾਠ ਨਹੀਂ ਕਰ ਸਕਦਾ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰ ਲਵੇ। ਕਹਿੰਦੇ ਨੇ ਉਸਦੇ ਬਾਅਦ ਗੁਰਸਿੱਖਾ ਤੇਰਾ ਫਰਜ਼ ਬਣਦਾ ਸੰਗਤ ਵਿੱਚ ਆ, ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਆ ਕੇ ਜੁੜ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰ ਵਿੱਚ ਬੜੇ ਸੋਹਣੇ ਤਰੀਕੇ ਨਾਲ ਪ੍ਰੇਰਨਾ ਕੀਤੀ। ਗੁਰਸਿੱਖ ਭਲਕੇ ਉਠ ਕਰੇ ਅੰਮ੍ਰਿਤ ਵੇਲੇ ਸਰਨਾਮ ਦਾ ਗੁਰਕੇ ਬਚਨ ਉਚਾਰ ਕਰੇ ਧਰਮ ਸਲਾ ਦੀ ਸੁਰਤ ਕਰਮ ਦਾ ਸੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ